गाइस की हाल चाल सब तो फुली सारे वधिया होवोंगे। बिटर ट्रुथ डीप दीप सेंतपुरी प्रोड्यूसर द कुसार बीट्स। लेट्स स्टार्ट। कुछ दुनियादानिया बारे गल लग रही है मैं, कोई सिक्ख्या टाइप गीत। अंडरग्राउंड मेरे वैर पूरे चल देने कैंड बनी जांदे जो जवाक साले कल देने दस दवां तैनू एक गल मेरी सुन जात ठोकणे आ सारे जिहड़े राह तेरा मल तेरे लई ही लिती देख मैं भी 147 देख रोंद चक्की फिरां मैं भी जेब विच 40 मेरी आगे ऐसे आही तैनू ठोकणे। ओके नहीं उदां दा नहीं हैगा, लाइक इट्स अ बिटर ट्रुथ गाने दा नाम है, ठीक है। तो भाई अपनी बारे फ्लैक्स कर रहा है, अपनी जिंदगी बारे दस रहे हैं। ओके नहीं दुनिया टाइप गाना नहीं है, जिम्मे मैं कह सी बाकी अगे जाके हो जाए तो कुछ कह नहीं सकते। दीप सैंतपुरी सैंतपुरी ਬਾਈ ਨੇ ਫ੍ਰੀ ਸਟਾਈਲ ਤਰੀਕੇ ਨਾਲ ਗਾਇਆ ਯਾਰ, ਕਿਆ ਬਾਤ ਹੈ। ਮਤਲਬ ਏਦਾਂ ਦੀ ਬੀਟ ਤੇ ਫ੍ਰੀ ਸਟਾਈਲ ਮੈਂ ਘੱਟ ਦੇਖਿਆ, ਲਾਈਕ ਮੋਸਟਲੀ ਫੋਕ ਟੱਚ ਚਲਾ ਜਾਂਦਾ ਬੀਟ ਢੋਲਕੇ ਹੋਣ ਕਰਕੇ, ਬਟ ਕਿਆ ਬਾਤ ਆ ਯਾਰ। ਤੁਹਾਨੂੰ ਦੱਸ ਦਿੰਨਾ ਮੈਂ ਵੀ ਮੇਰੇ ਟੱਬ ਪੱਤੀ ਬੋਰ ਨਾਲੇ ਯਾਰ ਮੇਰੇ ਸੇਮ ਇੱਥੇ ਕਿੱਦਾਂ ਦੇਣੇ ਲੋਕ ਮੈਨੂੰ ਯੂਜ਼ ਕਰੀ ਜਾਂਦੇ ਜਿਹੜੇ ਯੂਜ਼ ਕਰੀ ਜਾਂਦੇ ਕਦੀ ਸੁੱਖ ਵੀ ਨਾ ਪਾਉਂਦੇ। ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਸੀਂ ਰੱਬ ਕੋਲੋਂ ਡਰੋ ਜਿਹੜਾ ਬਣਦਾ ਏ ਮੇਰਾ ਤੁਸੀਂ ਹੱਕ ਖਾਈ ਜਾਂਦੇ ਸਾਨੂੰ ਐਂਟੀਆਂ ਦੀ ਦੇਖੀ ਇੱਥੇ ਥੋੜ ਨਹੀਂ ਹੋਣੀ ਮੈਨੂੰ ਝੂਠੇ ਯਾਰਾਂ ਦੀ ਵੀ ਕੋਈ ਲੋੜ ਨਹੀਂ ਹੋਣੀ ਹੁਣ ਕਰੀ ਜਾਓ ਤੁਸੀਂ ਇੱਥੇ ਚੋੜ ਮੇਰੇ ਮੂਹਰੇ ਮੇਰਾ ਟਾਈਮ ਆਉਣੇ ਉੱਤੇ ਥੋਤੋਂ ਚੋੜ ਵੀ ਨਹੀਂ ਹੋਣੀ। ਅੱਜ ਕੱਲ੍ਹ ਤੁਸੀਂ ਚੌੜ ਕਰੀ ਚੱਲੋ ਮੈਂ, ਮੇਰੇ ਵੱਲ ਤੁਹਾਡਾ ਚੌੜ ਵੀ ਨਹੀਂ ਆਉਣੀ ਹੈ, ਗੱਲ ਪੱਕੀ ਹੈ। ਨਾਏ ਮੈਂ ਵੀ ਹੁਣ ਰਾਜ ਪਾਣਾ ਸਿਰੇ ਉੱਤੇ ਛੇਤੀ ਸਕਸੈਸ ਵਾਲਾ ਤਾਜ ਬਸ ਲਿਖਣਾ ਹੀ ਆਉਂਦਾ ਕਦੀ ਗਾਣਾ ਨਹੀਂ ਉਹ ਸਿੱਖੇ ਤਾਂ ਹੀ ਸਾਨੂੰ ਸਾਰੇ ਇਹ ਲਾਉਣੇ ਆਉਂਦੇ ਨਹੀਂ ਉਹ ਰਾਗ ਕੱਲਾ ਕੱਲਾ ਦੇਖੀ ਖਿੱਚੀ ਸਾਰੇ ਜਾਣੇ ਦੇਖੀ ਕੰਨਾਂ ਉੱਤੇ ਪੈਣੇ ਮੇਰੇ ਕੱਲੇ ਕੱਲੇ ਗਾਣੇ ਅਸੀਂ ਮਿਹਨਤ ਆਣੇ ਕਰ ਇਹ ਵੀ ਟਾਈਮ ਹੈ ਲਿਆਂਦੇ ਉਹ ਤਾਂ ਆਮ ਜਿਹੇ ਪਾਉਂਦੇ ਆ ਤੇ ਆਮ ਹੀ ਘਰਾਣੇ ਸਨ ਕਾਨਵੇਂ ਦਾ ਜਾਣਨਾ ਪੰਜਾਬ ਦੀ ਪਦੈਸ਼ ਨਾਲੇ ਉੱਚੇ ਲੰਮੇ ਕੱਦ ਵੱਜਦੀ ਹੈ ਪੂਰੀ ਦੈਸ਼ ਸਾਡੇ ਵੱਡੇ ਵੱਡੇ ਦਿਲ ਵੈਰ ਸ਼ੌਂਕ ਨਾ ਪਗਾਉਣੇ ਪੇਚ ਪਤਲਣਾ ਲਾਉਣੇ ਰੱਖੇ ਆਏ ਪੂਰਾ ਕੈਸ਼ ਚੰਗੇ ਟਾਈਮ ਦੇਖ ਮੈਂ ਵੀ ਹੁਣ ਖਿੱਚ ਕੇ ਲਿਆਉਂਦੇ ਤਾਂ ਵੀ ਦੇਖੀਏ ਸ਼ਰੀਕਾਂ ਨੂੰ ਜੋ ਰਾਸ ਨਹੀਂ ਆਉਂਦੇ ਆ ਗੱਲ ਸੁਣਨ ਵਾਲੀ ਆ ਬਈ ਚੰਗੇ ਟਾਈਮ ਦੇਖ ਮੈਂ ਵੀ ਹੁਣ ਖਿੱਚ ਕੇ ਲਿਆਉਂਦੇ ਤਾਂ ਵੀ ਦੇਖੀਏ ਇਹ ਲੰਡੂਆਂ ਨੂੰ ਰਾਸ ਨਹੀਂ ਆਉਂਦੇ ਸਾਨੂੰ ਇਹ ਵੀ ਪਤਾ ਜਿਹੜੇ ਜਿਹੜੇ ਬੁਰਾ ਸਾਡਾ ਚਾਹੁੰਦੇ ਜਾ ਕੇ ਬਾਬਿਆਂ ਦੇ ਕੋਲੋਂ ਸਾਡਾ ਮਾੜਾ ਵੀ ਕਰਾਉਂਦੇ ਵਾਹਿਗੁਰੂ ਦੀ ਹੀ ਓਟ ਵਿੱਚ ਸਦਾ ਮੈਂ ਵੀ ਰਹਿਣਾ ਮੁੜ ਜਾਓ ਤੁਸੀਂ ਤੁਹਾਨੂੰ ਬਸ ਇੱਕੋ ਗੱਲ ਕਹਿਣਾ ਕੋਈ ਬਚ ਨਹੀਂ ਹੋ ਪਾਇਆ ਉਹਦੀ ਨਿਗਾਹ ਕੋਲੋਂ ਪਾਪ ਤੁਸੀਂ ਕਰਦੇ ਹੋ ਜੈਸਾ ਤੁਹਾਨੂੰ ਭਰਨਾ ਹੀ ਪੈਣਾ ਕੱਲੇ ਕੱਲੇ ਨਾਲ ਮੈਂ ਵੀ ਹੁਣ ਅੜ ਕੇ ਦਿਖਾਉਂ ਥੋਥੋਂ ਜੜੇ ਨਹੀਂ ਹੋ ਜਾਂਦੇ ਕੋਕੇ ਜੜ ਕੇ ਦਿਖਾਉਂ ਨਾਲ ਸਾਰੀ ਮੈਂ ਵੀ ਲੜ ਕੇ ਦਿਖਾਉਂ ਥੋੜੇ ਰਹਿ ਗਏ ਦੇਣ ਥੋੜੇ ਟਾਈਮ ਨਹੀਂ ਉਹ ਵੀ ਦੂਰ ਮੈਂ ਵੀ ਕੱਲਾ ਕੱਲਾ ਵੈਰੀ ਫੋਟੋ ਮੜ ਕੇ ਦਿਖਾਉਂ। ਇਹਦੇ 'ਚ ਨਾ ਇੱਕ ਕੰਮ ਕਰ ਇੱਕ ਦੋ ਚੀਜ਼ਾਂ ਕਰ ਸਕਦੇ ਸੀ, ਲਾਈਕ ਜਿਵੇਂ ਥੋੜ੍ਹਾ ਜਿਹਾ ਬਾਈ ਕੰਪੋਜੀਸ਼ਨ ਵਿੱਚ ਵਿੱਚ ਚੇਂਜ ਕਰਦਾ ਰਹਿੰਦਾ ਅਤੇ ਥੋੜ੍ਹੇ ਥੋੜ੍ਹੇ ਵਿੱਚ ਸਟੋਪ ਅਤੇ ਸਟੋਪਸ ਆਉਂਦੇ ਰਹਿੰਦੇ ਮਿਊਜ਼ਿਕ ਦੇ ਵਿੱਚ ਵਿੱਚ ਕਿਤੇ ਨਾ ਕਿਤੇ ਉਹ ਚੀਜ਼। ਦੇਖ ਜ਼ਿੰਦਗੀ ਦੇ ਵੱਲ ਅਸੀਂ ਸਿੱਖੇ ਸਾਰੇ ਕੱਲ ਤਾਂ ਹੀ ਅੱਜ ਸਾਡਾ ਹੋਣ ਦੇਖ ਠੀਕ ਹੋ ਗਿਆ ਦੇਖ ਸਾਡਾ ਇਹ ਦਮ ਕੰਨ ਹੋ ਗਏ ਤੁਹਾਡੇ ਨਾਮ ਹੋਣ ਕੱਲਾ ਕੱਲਾ ਵੈਰੀ ਮੇਰਾ ਵੀਕ ਹੋ ਗਿਆ ਕਈ ਗਾਇਕ ਵੀ ਬੈਠੇ ਨੇ ਜ਼ਮੀਰਾਂ ਇੱਥੇ ਵਿੱਚ ਪਰ ਮੋਟ ਕਰੀ ਜਾਂਦੇ ਕੋਈ ਐਪ ਆ ਸਟੇਕ ਤੁਹਾਡਾ ਸੱਚ ਆਓ ਮੂਹਰੇ ਦੇਣ ਓਕੇ ਪ੍ਰਮੋਟ ਕਰੀ ਜਾਂਦੇ ਐਪ ਆ ਸਟੇਕ। ਓਕੇ ਇਹ ਕਰਨ ਨੂੰ ਸੁਣਾਈ ਗਈ ਹੈ ਗੱਲ, ਕਰਨ ਹੋਰੀ ਹੋ ਗਏ, ਔਜਲੇ ਹੋਰੀ ਹੋ ਗਏ ਨਹੀਂ ਉਹ ਵੀ ਦੂਰ ਯੂਥ ਨੂੰ ਵੀ ਲੱਗੂ ਪਤਾ ਬਸ ਵਾਚ ਐਂਡ ਵੇਟ ਤੁਹਾਨੂੰ ਮਿਲੀ ਸਕਸੈਸ ਤੁਸੀਂ ਸ਼ੁਕਰ ਮਨਾਓ ਭਾਵੇਂ ਥੋੜਾ ਭਾਵੇਂ ਜ਼ਿਆਦਾ ਬਸ ਹੱਕ ਦਾ ਹੀ ਖਾਓ ਕਿਸੇ ਦਾ ਵੀ ਤੁਸੀਂ ਕਦੀ ਇੱਥੇ ਚੱਕੋ ਨਾ ਕੋਈ ਫਾਇਦਾ ਫਾਲੋ ਕਰਦਾ ਏ ਯੂਥ ਨਾ ਉਹ ਪੁੱਠੇ ਪਾਸੇ ਲਾਓ ਨਾ ਉਹ ਪੁੱਠੇ ਪਾਸੇ ਲਾਓ। ਹਾਂ ਚਲੋ ਬੈਟਿੰਗ ਇਜ਼ ਨੋਟ ਗੁੱਡ ਬਟ ਆਪਣੇ ਆਪਣੇ ਕੀ ਕਹਿ ਸਕਦੇ ਹਾਂ ਹੁਣ, ਹੈ ਨਾ ਹਰ ਬੰਦੇ ਦੀ ਆਪਣੀ ਪਰਸਨਲ ਲਾਈਫ ਆ ਪਰਸਨਲ ਤਰੀਕਾ ਆ, ਉਹ ਕਰ ਉਸ ਚੀਜ਼ ਨੂੰ ਆਈ ਥਿੰਕ ਕਰ ਸਕਦਾ ਆ, ਠੀਕ ਹੈ ਲਾਈਕ ਬਿਕੋਜ਼ ਇਟਸ ਲੀਗਲ। ਅਤੇ ਦੂਜੇ ਪਾਸੇ ਬਾਕੀ ਖੁਦ ਮੇਰੇ ਖਿਆਲ ਨਾਲ ਇੰਨੇ ਕੁ ਲੋਕ ਸਿਆਣੇ ਹੈਗੇ ਆ ਕਿ ਉਹ ਉਹਨਾਂ ਨੂੰ ਪਤਾ ਕੀ ਚੀਜ਼ ਫੋਲੋ ਕਰਨੀ ਆ ਕੀ ਨਹੀਂ ਕਰਨੀ। ਓਕੇ
ਸੋ ਦੈਟਸ ਇਟ। ਇਹ ਸੀਗਾ ਜੀ ਟਰੈਕ, ਵਧੀਆ ਸੀਗਾ ਜਿਵੇਂ ਮੈਂ ਦੱਸਿਆ ਕਿ ਕੁਛ ਗੱਲਾਂ ਵਧੀਆ, ਠੀਕ ਹੈ, ਬਾਈ ਨੇ ਆਪਣੇ ਬਾਰੇ ਦੱਸਿਆ, ਦੁਨੀਆ ਬਾਰੇ ਵੀ ਦੱਸਿਆ, ਕੁਛ ਚੀਜ਼ਾਂ ਮਾੜੀਆਂ ਚੰਗੀਆਂ ਹੋਈਆਂ ਬਾਈ ਨਾਲ, ਉਹ ਵੀ ਦੱਸਿਆ ਸਾਰਾ ਕੁਛ, ਹਰ ਗੱਲ ਕੀਤੀ ਬਾਈ ਨੇ ਵਿੱਚ, ਕਰਨ ਬਾਈ ਬਾਰੇ ਗੱਲ ਕਰਕੇ ਸਾਰਾ ਕੁਛ, ਠੀਕ ਹੈ। ਸੋ ਕੁਛ ਚੀਜ਼ਾਂ ਨੇ ਮੈਂ ਇਹ ਕਹਿਣਾ ਚਾਹੂੰਗਾ ਕਿ ਨਾਈਸ, ਬਟ ਪਹਿਲਾਂ ਵੀ ਇਹ ਗੱਲ ਮੈਂ ਕਹੀ ਆ ਕਿ ਜਦੋਂ ਤੱਕ ਕੋਈ ਕਿਸੇ ਨੂੰ ਹੱਥ ਫੜ ਕੇ ਨਹੀਂ ਕਰਾ ਰਿਹਾ, ਠੀਕ ਹੈ, ਕੋਈ ਧੱਕਾ ਨਹੀਂ ਕਰ ਰਿਹਾ, ਉਦੋਂ ਤੱਕ ਹਰ ਚੀਜ਼ ਠੀਕ ਆ। ਲਾਈਕ ਪ੍ਰਮੋਟ ਕਰਨਾ ਕਿਸੇ ਚੀਜ਼ ਨੂੰ, ਉਹ ਚੀਜ਼ ਲਾਈਕ ਇੱਦਾਂ ਦਾ ਤਾਂ ਕੁਛ ਹੈ ਨਹੀਂ ਕਿ ਉਹ ਕੋਈ ਨੰਗ ਪੁਣਾ ਜਾਂ ਕੁਛ ਇੱਦਾਂ ਦੀ ਚੀਜ਼ ਪ੍ਰਮੋਟ ਕਰ ਰਿਹਾ। ਹੁਣ ਬੈਟਿੰਗ ਤਾਂ ਬਹੁਤ ਟਾਈਮ ਤੋਂ ਪ੍ਰਮੋਟ ਹੁੰਦੀ ਜਾਂਦੀ ਆ, ਬੈਟਿੰਗ ਕਰਦੇ ਵੀ ਆ ਲੋਕ, ਹਜ਼ਾਰਾਂ ਕਰੋੜਾਂ ਲੋਕ ਬੈਟਿੰਗ ਕਰਦੇ ਆ, ਠੀਕ ਆ, ਕਮਾਉਂਦੇ ਵੀ ਆ, ਗਵਾਉਂਦੇ ਵੀ ਆ, ਆਲਰੇਡੀ ਸਾਰੀ ਚੀਜ਼ਾਂ ਉਹਨਾਂ ਨੂੰ ਪਤਾ ਹੁੰਦੀਆਂ ਨੇ, ਠੀਕ ਆ। ਸੋ ਇੰਨੇ ਕੁ ਸਿਆਣੇ ਤਾਂ ਹੈਗੇ ਆ ਲੋਕ। ਸਤਿ ਸ਼੍ਰੀ ਅਕਾਲ।